ਮੁੰਡੇ ਨੇ ਧਮਕੀ ਦੇ ਦਿੱਤੀ ਹੈ ਕਿ ਮੈਂ ਤੇਰਾ ਚੈਨਲ ਬੰਦ ਕਰਾ ਦੇਸਾਂ, ਹੈਕ ਕਰ ਦੇਸਾਂ, ਅਗਰ ਤੈਂ ਮੇਰੇ ਬਾਰੇ ਵਾਲਾ ਵੀਡੀਓ ਬਣਾਈ ਜਾਂ ਕੋਈ ਵੀ ਮਸਲਾ ਮੇਰੇ ਬਾਰੇ ਬਣਾਇਆ। ਵਿਵਰ ਮੈਂ ਵੀ ਆਖ ਦਿੱਤੇ, ਜਿਹੜਾ ਕੁਝ ਤੂੰ ਕਰਨ ਚਾਹੁੰਦੇ ਕਰ, ਚੈਨਲ ਹੈਕ ਕਰੇ ਜਾਂ ਬੰਦ ਕਰੇ, ਤੇਰੀ ਜ਼ਰੂਰਤ ਹੀ ਨਹੀਂ। ਸ਼ਗਲ ਦੇ ਜੋ ਸਪੋਰਟ ਨਹੀਂ ਕਰ ਸਕਦੇ ਤਾਂ ਉਹਦੇ ਬਾਰੇ ਤਾਂ ਬੁਰਾ ਵੀ ਨਹੀਂ ਸੋਚ ਸਕਦੇ। ਯਾ ਤੁਹਾਨੂੰ ਖੇਲਾ ਦੀ ਬੈਠੇ ਸੀ ਜਾਂ ਤੁਹਾਨੂੰ ਕਾਵੜਾ ਦੀ ਬੈਠੀ ਹੋਈ ਤੇ ਤੁਸੀਂ ਆ ਕੇ ਜਿਹੜਾ ਵੀ ਵਿਰਾਹ ਮੇਰੇ ਕੋ ਮਿਲਣਾ ਚਾਹਵੇ ਤੇ ਇੰਸਟਾਗ੍ਰਾਮ ਦੇ ਉੱਤੇ ਰابطਾ ਕਰੇ ਔਰ ਮੈਂ ਬਹੁਤ ਖੁਸ਼ ਹਾਂ। ਇੰਸਟਾਗ੍ਰਾਮ ਤੇ ਕੰਟੈਕਟ ਕਰੇ ਔਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਟਾਈਮ ਦੇ ਸਰ ਲਾ ਕੇ ਉਹਨਾਂ ਨਾਲ ਗੱਪਸ਼ਪ ਲੈ ਸੂ। ਅਸਾਂ ਮਿਹਨਤ ਕਰਨ ਬਿਹਤਰੀ, ਅਸਾਂ ਸਟਰਗਲ ਕਰਨ ਪਿਆ, ਤੁਹਾਡਾ ਹੱਕ ਬਣੇ, ਸਾਨੂੰ ਸਪੋਰਟ ਕਰੋ। ਮੇਰਾ ਭਾਈ ਕਿਕਰਾ ਅਸਾਂ ਬਰਦਾਸ਼ਤ ਕਰੇ ਤੇ ਪੈ ਤੁਸਾਂ ਨਾ ਕਰੋ। ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕੁਮ ਵੀਵਰ, ਕੀ ਹਾਲ ਹੈ? ਠੀਕ ਹੋ? ਤਬੀਅਤ ਠੀਕ ਹੈ? ਉਮੀਦ ਕਰਨ ਨਾਲ ਸਾਰੇ ਠੀਕ ਹੋ? ਤੋ ਅਲਹਮਦੁਲਿਲਾ ਅੱਲਾਹ ਦੇ ਫਜ਼ਲੋ ਕਰਮ ਨਾਲ ਤੁਹਾਡੇ ਦੋਵੇਂ ਨਾਲ ਮੈਂ ਠੀਕ ਹਾਂ। ਵਿਵਰ ਮੈਂ ਮੁਹੰਮਦ ਸ਼ਾਹ, ਤੂੰ ਸਾਰੇ ਪੇਜ ਤੇ ਮੇਰਾ YouTube ਚੈਨਲ ਸ਼ੇਅਰ ਕਰ ਸਕਦੀ। ਵਿਵਰ ਅੱਜ ਮੈਂ ਤੁਹਾਨੂੰ ਇੱਕ ਐਸੀ ਇਨਫੋਰਮੇਸ਼ਨ ਦੇਣ ਵਾਲਾ ਔਰ ਤੁਸੀਂ ਇਨਸ਼ਾਅੱਲਾ ਉਹ ਵੀਡੀਓ ਕੋ ਪੂਰਾ ਦੇਖਣਾ ਹੈ, ਵੀਡੀਓ ਸਕਿਪ ਨਹੀਂ ਕਰਨੀ ਔਰ ਉਹ ਵੇਲੇ ਮੁੰਡੇ ਦੇ ਬਾਰੇ ਵਿੱਚ ਮੈਂ ਤੁਹਾਨੂੰ ਦੱਸਣਾ ਪਿਆ ਤੇ ਮੈਂ ਮੁਹੰਮਦ ਸ਼ਾਹ, ਤੂੰ ਸਾਰੇ ਪੇਜ ਤੇ YouTube ਚੈਨਲ ਸ਼ੇਅਰ ਕਰ ਸਕਦੀ। ਵਿਵਰ ਅੱਜ ਦਾ ਜਿਹੜਾ ਟੌਪਿਕ ਇਹ ਹੈ ਕਿ ਸਾਰਾ ਇੱਕ ਸਰੈਕੀ ਵੀਰਾ ਹੈ ਯੂਟਿਊਬਰ, ਸਾਰੀ ਘਰੋਂ ਛੋਟਾ ਯੂਟਿਊਬਰ ਹੈ, ਲੇਕਿਨ ਉਹਨਾਂ ਦਾ ਮਸਲਾ ਹੈ ਕਿ ਵੇਲੇ ਮੁੰਡੇ ਨੇ ਉਹਨੂੰ ਧਮਕੀ ਦਿੱਤੀ ਕਿ ਮੈਂ ਤੁਹਾਡਾ ਚੈਨਲ ਬੰਦ ਕਰ ਦੇਸਾਂ। ਲੇਕਿਨ ਵੇਲੇ ਮੁੰਡਾ ਮੈਨੂੰ ਇੱਕ ਗੱਲ ਦੱਸ ਕਿ ਤੁਸਾਂ ਅਗਰ ਉਹਨਾਂ ਚੈਨਲ ਬੰਦ ਕਰਨ ਦੇ ਵੇ ਤੁਸਾਂ ਕਹਿੰਦੀ ਵਜ੍ਹਾ ਤੋਂ ਬਣੇ ਵੇ? ਕੱਲ੍ਹ ਤੱਕ ਅਸਾਂ ਤੁਹਾਨੂੰ ਸਪੋਰਟ ਕੀਤੀ ਹੈ, ਛੋਟੇ ਯੂਟਿਊਬਰ ਨੇ ਸਪੋਰਟ ਕੀਤੀ ਹੈ, ਵੀਵਰਾਂ ਨੇ ਸਪੋਰਟ ਕੀਤੀ ਹੈ, ਅੱਜ ਤੁਸਾਂ ਅਰੂ ਤੇ ਪਹੁੰਚ ਗਏ। ਮੈਂ ਮਾਸ਼ਾਅੱਲਾ ਤੁਹਾਡਾ ਬੜਾ ਨਾਂ ਹੈ ਯੂਟਿਊਬਰ ਦਾ, ਬਹੁਤ ਵੱਡੇ ਵਲੋਗਰ ਵੀ ਹੈ, ਲੇਕਿਨ ਤੁਹਾਡਾ ਤੁਹਾਨੂੰ ਜ਼ੇਬ ਨਹੀਂ ਦਿੰਦਾ। ਲੇਕਿਨ ਮੈਨੂੰ ਇੱਕ ਇਹ ਗੱਲ ਦੱਸੋ ਕਿ ਜਿਹੜੇ ਅਸਾਂ ਮਿਹਨਤ ਕਰਨ ਦੇ ਬਿਹਤਰੀ, ਅਸਾਂ ਸਟਰਗਲ ਕਰਨ ਦੇ ਪਿਆ, ਤੁਹਾਡਾ ਹੱਕ ਬਣੇ, ਸਾਨੂੰ ਸਪੋਰਟ ਕਰੋ ਯਾਰ। ਅਸਾਂ ਇਤਨੀ ਮਿਹਨਤ ਕਰਨ ਦੇ ਕਿ ਸਾਨੂੰ ਅਰਮਾਨ ਨਹੀਂ ਲੱਗਦਾ, ਤੁਸੀਂ ਇੱਕ ਧਮਕੀ ਦੇ ਦਿੱਤੀ ਹੈ ਬੰਦ ਕਰਾਉਣ ਦੀ, ਅੱਗੇ ਵੀ ਤੁਹਾਡੇ ਡੀਜੀ ਖਾਣੇ ਨਾਲ ਤੁਹਾਡੀ ਟੱਕਰ ਆਈ, ਬਲਾ ਤੁਸੀਂ ਦੁਬਾਰਾ ਉਹਨਾਂ ਨੇ ਪੰਗਾ ਕਰਨ ਕੀਤਾ ਯਾਰ। ਅਸਾਂ ਨਹੀਂ ਚਾਹੁੰਦੇ ਕਿ ਸਾਰੇ ਯੂਟਿਊਬਰ ਨਾਲ ਇਹ ਮਸਲਾ ਬਣੇ, ਲੇਕਿਨ ਤੁਹਾਡਾ ਹੱਕ ਮੰਨਦੇ ਹੋ ਕਿ ਸਪੋਰਟ ਕਰੋ। ਅਗਰ ਸ਼ਗਲ ਦੇ ਜੋ ਸਪੋਰਟ ਨਹੀਂ ਕਰ ਸਕਦੇ ਤਾਂ ਉਹਦੇ ਬਾਰੇ ਤੁਸੀਂ ਬੁਰਾ ਵੀ ਨਹੀਂ ਸੋਚ ਸਕਦੇ। ਲੇਕਿਨ ਮੇਰਾ ਆਖਣ ਦਾ ਮਕਸਦ ਇਹ ਕਿ ਸ਼ਹਿਜ਼ਾਦ ਬਾਈ, ਕੱਲ ਤੱਕ ਤੁਸੀਂ ਜ਼ੀਰੋ ਤੇ ਹੋਵੇ, ਅਸਾਂ ਲੋਕਾਂ ਨੇ ਤੁਹਾਨੂੰ ਸਪੋਰਟ ਕੀਤੀ ਹੈ, ਵੀਵਰ ਨੇ ਤੁਹਾਨੂੰ ਉੱਤੇ ਗਿਣ ਕੇ ਆਏ, ਲੇਕਿਨ ਅੱਜ ਤੁਸੀਂ ਉਹਦੇ ਬਾਰੇ ਸੋਚੇ ਸੋ, ਲੇਕਿਨ ਉਹਦੇ ਦਿਲ ਕਿਆ ਗੁਜ਼ਰਦੇ ਸੀ? ਮੈਨੂੰ ਇਹ ਦੱਸੋ, ਅਗਰ ਉਹ ਇੱਕ ਬੱਚੇ ਦੀ ਰੋਜ਼ੀ ਕਰਨਾ ਪਏ ਤੁਹਾਨੂੰ ਕਰਨ ਦਿਓ, ਤੇ ਇਹਦੇ ਵਿੱਚ ਤੁਹਾਡੇ ਕੋਈ ਜੇਬ ਵੀ ਤੁਹਾਡੇ ਨਹੀਂ ਵੇਂਦੇ ਪਏ? ਅਗਰ ਉਹ ਆਪਣੀ ਯੂਟਿਊਬ ਦੀ ਮਿਹਨਤ, ਯੂਟਿਊਬਰ ਦੀ ਮਿਹਨਤ ਕਰਨਾ ਪਏ ਤੁਹਾਨੂੰ ਕਰਨ ਦਿਓ, ਲੇਕਿਨ ਤੁਹਾਡਾ ਹੱਕ ਨਹੀਂ ਬਣਦਾ ਫਿਕਰ। ਲੇਕਿਨ ਇਹ ਚੀਜ਼ ਦਾ ਅਸਾਂ ਵੀ ਉਹਦੀ ਮੁਜ਼ੰਮਤ ਕਰ ਸੋ, ਲੇਕਿਨ ਗਲਤ ਗੱਲ ਹੈ। ਸ਼ਹਿਜ਼ਾਦ ਬਈ, ਮੈਂ ਤੁਹਾਨੂੰ ਉੱਤੇ ਤਨਕੀਦ ਨਹੀਂ ਕਰਨਾ ਪਿਆ, ਲੇਕਿਨ ਮੇਰਾ ਆਖਣ ਦਾ ਮਕਸਦ ਹੈ ਕਿ ਅਗਰ ਉਹ ਗਰੀਬ ਡੀਜੀ ਖਾਨ ਲਾ ਰੋਜ਼ੀ ਕਰਿੰਦਾ ਪਿਆ ਤਾਂ ਉਹਨੂੰ ਕਰਨ ਦਿਓ, ਅਗਰ ਸਪੋਰਟ ਨਹੀਂ ਕਰ ਸਕਦੇ ਤਾਂ ਉਹਨੂੰ ਬੰਦ ਕਰਨ ਦੀ ਚੈਨਲ ਦੀ ਧਮਕੀ ਵੀ ਨਾ ਦਿਓ। ਲੇਕਿਨ ਇਹ ਗਲਤ ਗੱਲ ਹੈ, ਅਗਰ ਉਹ ਬੱਚੇ ਦੀ ਰੋਜ਼ੀ ਕਰ ਰਹੇ ਸੀ, ਕੋਈ ਇਨਕਮ ਆਉਣ ਪੈ ਰਹੀ ਤਾਂ ਉਹ ਦੁਆਈ ਕਰੇ ਸੀ ਯਾਰ। ਲੇਕਿਨ ਗੱਲ ਹੈ ਤੁਹਾਡਾ ਹੱਕ ਨਹੀਂ ਮੰਨਦਾ, ਤੁਸੀਂ ਹੱਥੋਂ ਸਪੋਰਟ ਕਰੋ, ਕੱਲ੍ਹ ਤੱਕ ਅਸਾਂ ਤੁਹਾਨੂੰ ਸਪੋਰਟ ਕੀਤੀ, ਤੁਸੀਂ ਵੀ ਉਹਨੂੰ ਸਪੋਰਟ ਕਰੋ। ਬਾਕੀ ਰਹੀ ਮੇਰੀ ਗੱਲ, ਸ਼ਹਿਜ਼ਾਦ ਬਈ, ਮੈਂ ਵੀ ਤੁਹਾਨੂੰ ਮਿਲਣ ਦੀ ਖਾਹਿਸ਼ ਕੀਤੀ ਔਰ ਇਨਸ਼ਾਅੱਲਾ ਤੁਹਾਨੂੰ ਮਿਲਸਾ, ਜ਼ਰੂਰ ਮਿਲਸਾ, ਮੇਰੇ ਦਿਲ 'ਚ ਖਾਹਿਸ਼ ਹੈ। ਮੈਂ ਅੱਜ ਵੀ ਤੁਹਾਡਾ ਫੈਨ ਹਾਂ ਔਰ ਤੁਹਾਡੀ ਵੀਡੀਓ ਦੇਦਾ ਹੋਣਾ, ਆਖਰ ਵੀਡੀਓ ਦੇਦਾ ਤਾਂ ਮੈਨੂੰ ਪਤਾ ਲੱਗਿਆ ਕਿ ਤੁਸੀਂ ਕੋਈ ਧਮਕੀ ਦਿੱਤੀ ਹੈ। ਲੇਕਿਨ ਗੱਲ ਹੈ ਕਿ ਸ਼ਹਿਜ਼ਾਦ ਬਈ, ਅਸਾਂ ਵੀ ਸਟਰਗਲ ਕੀਤੀ ਹੈ, ਮਿਹਨਤ ਕੀਤੀ ਹੈ, ਲੇਕਿਨ ਇੱਕ ਨਾ ਇੱਕ ਵਾਰ ਮੈਂ ਜ਼ਰੂਰ ਯੋ ਕਰੇ ਸਾਂ, ਮਿਹਨਤ ਕਰੇ ਸਾਂ ਔਰ ਤੁਹਾਨੂੰ ਮਿਲਸਾ ਜ਼ਰੂਰ। ਲੇਕਿਨ ਇੱਕ ਬਈ ਗੱਲ ਹੈ ਕਿ ਮੇਰੇ ਕੋਲ ਦੋਸਤ ਕਮੈਂਟਸ ਕਰਨ ਦਿਨ, ਉਹ ਆਦਨ ਕਿ ਤੁਸੀਂ ਸ਼ਹਿਜ਼ਾਦ ਬਈ ਕੋ ਮਿਲਣ ਵੇ ਦੇਵੇ, ਤੁਸੀਂ ਉਹਨਾਂ ਨਾਲ ਰਾਬਤਾ ਕਰਕੇ ਗਿਆ ਕਰੋ। ਸ਼ਹਿਜ਼ਾਦ ਬਈ, ਮੈਂ ਤੁਹਾਡੇ ਨਾਲ ਪਹਿਲੇ ਰਾਬਤਾ ਕਰਕੇ ਗਿਆ ਹਾਂ, ਵੱਲ ਮੈਂ ਜਲੇ ਗਿਆ ਮੈਂ ਰਾਬਤਾ ਕਰਕੇ ਕਹਿਣਾ ਗਿਆ ਮੈਂ ਤੁਸਾਂ ਮੇਰੇ ਕੋ ਕਾਰਾ ਮਿਲਿਆ ਵੇ ਔਰ ਇਨਸ਼ਾਅੱਲਾ ਹੁਣ ਮੈਂ ਤੁਹਾਨੂੰ ਜ਼ਰੂਰ ਮਿਲਸਾਂ। ਲੇਕਿਨ ਗੱਲ ਹੈ ਕਿ ਤੁਸੀਂ ਇੱਕ ਮੈਸੇਜ ਦਿੱਤੇ ਇੰਸਟਾਗ੍ਰਾਮ ਦੇ ਉੱਤੇ, ਤੁਸੀਂ ਆ ਕੇ ਜਿਹੜਾ ਵੀ ਵਿਰਾਹ ਮੇਰੇ ਕੋ ਮਿਲਣਾ ਚਾਹਵੇ ਤਾਂ ਇੰਸਟਾਗ੍ਰਾਮ ਦੇ ਉੱਤੇ ਰਾਬਤਾ ਕਰੇ ਔਰ ਮੈਂ ਬਹੁਤ ਖੁਸ਼ ਹਾਂ ਯਾਰ, ਸ਼ਹਿਜ਼ਾਦ ਬਈ ਨੇ ਮੈਸੇਜ ਦਿੱਤੇ ਕਿ ਮਿਲ ਸਕਦਾ। ਲੇਕਿਨ ਇਨਸ਼ਾਅੱਲਾ ਸ਼ਹਿਜ਼ਾਦ ਬਈ ਦਿਲ ਖਾਹਿਸ਼ ਹੈ, ਅੱਜ ਵੀ ਮੁਹੱਬਤ ਕਰਨਾ ਮੈਂ ਤੁਹਾਨੂੰ ਔਰ ਤੁਹਾਡੀ ਵੀਡੀਓ ਸ਼ੌਂਕ ਨਾਲ ਲੈਦਾ ਪੂਰੀ ਦੇਦਾ ਤਾਂ ਕੋਈ ਗੱਲ ਨਹੀਂ। ਅਤੇ ਲੇਕਿਨ ਗੱਲ ਹੈ ਕਿ ਮੈਂ ਹੁਣ ਤੁਹਾਡਾ ਇੰਸਟਾਗ੍ਰਾਮ ਦਾ ਜਵਾਬ ਦਾ ਇੰਤਜ਼ਾਰ ਕਰਨਾ ਪਿਆ, ਮੈਂ ਤੁਹਾਨੂੰ ਜਵਾਬ ਕਰ ਦਿੱਤੇ, ਅਸਲਾਮ ਅਲੈਕੁਮ ਵੀ ਕਰ ਦਿੱਤੇ ਔਰ ਇਨਸ਼ਾਅੱਲਾ ਮੈਂ ਆਪਣੇ ਵੀਵਰਿਆਂ ਕੋਲ ਲਿਖਿਆ ਤਾਂ ਔਰ ਤੁਹਾਡੇ ਵੀਵਰਿਆਂ ਕੋਲ ਲਿਖੇ ਸਾਂ ਕਿ ਸ਼ਹਿਜ਼ਾਦ ਬਈ ਦਾ ਮੈਸੇਜ ਆ ਗਏ ਔਰ ਸ਼ਹਿਜ਼ਾਦ ਬਈ ਮਿਲਣ ਦੀ ਤਲਬਗਾਰ ਕਰਦੇ ਪਏ, ਸਾਨੂੰ ਮਿਲਣ ਦੀ ਖਾਹਿਸ਼ ਕਰਦੇ ਪਏ ਔਰ ਅਸਾਂ ਊਂ ਦੀ ਵਾਰ ਖੁਸ਼ਕਿਸਮਤ ਤੋਂ ਤੁਹਾਨੂੰ ਮਿਲ ਸੂੰ ਔਰ ਮੈਂ ਆਪਣੇ ਵੀਵਰਿਆਂ ਕੋਲ ਲਿਖਿਆ ਸਾਂ ਕਿ ਮੈਂ ਸ਼ਹਿਜ਼ਾਦ ਬਈ ਕੋ ਮਿਲ ਕੇ ਆਇਆਂ। ਸ਼ਹਿਜ਼ਾਦ ਬਈ, ਲੇਕਿਨ ਕੋਈ ਮਸਲਾ ਕਾ ਨਹੀਂ ਯਾਰ, ਇਹ ਊਂਚ ਨੀਚ ਥੀ ਵੀ ਹੈ ਯੂਟਿਊਬਰਾਂ ਦੇ ਵਿੱਚ, ਲੇਕਿਨ ਅੱਲਾ ਪਾਕ ਤੁਹਾਨੂੰ ਮਜ਼ੀਦ ਤਰੱਕੀ ਦੇਵੇ, ਮਜ਼ੀਦ ਇੱਜ਼ਤ ਰਹੇ, ਸਾਡੀ ਦੁਆ ਹੈ, ਅਸਾਂ ਤੁਹਾਨੂੰ ਦੁਆ ਹੀ ਕਰ ਸਕਦੇ ਹਾਂ ਯਾਰ। ਲੇਕਿਨ ਸਾਡੇ ਦਿਲ 'ਚ ਖਾਹਿਸ਼ ਹੈ ਕਿ ਅਸਾਂ ਯਾਰ ਸ਼ਹਿਜ਼ਾਦ ਬਈ ਕੋ ਮਿਲਸੂ। ਅੱਛਾ ਵੀਵਰ, ਹੁਣ ਵੀਡੀਓ ਤੱਕ ਰਹਿੰਦੇ ਪਏ ਐਂਡ, ਤੁਸੀਂ ਮੇਰੇ ਸ਼ੇਦੂ ਸੰਗਤੀ ਚੈਨਲ ਕੋ ਸਬਸਕ੍ਰਾਈਬ ਕਰ ਗਿੰਦੋ ਤੇ ਵੀਡੀਓ ਕੋ ਪੂਰਾ ਵਾਚ ਕੀਤਾ ਕਰੋ। ਪਲੀਜ਼ ਪਲੀਜ਼ ਮਿਹਰਬਾਨੀ ਕਰਕੇ ਇੱਕ ਬਟਨ ਹੀ ਦਬਾਉਣਾ ਹੁੰਦਾ, ਲਾਜ਼ਮੀ ਸਬਸਕ੍ਰਾਈਬ ਕਰ ਗਿਦਾ ਕਰੋ ਔਰ ਮੈਂ ਤੁਹਾਡੇ
ਤੇ ਇਹ ਟਾਈਮ ਤੱਕ ਅਸੀਂ ਇਜਾਜ਼ਤ ਗਿੰਦੇ ਪਏ ਓਕੇ ਅੱਲਾ ਹਾਫਿਜ਼।